ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਮੈਨੇ ਕਹਾ ਯਾਰ ਗਵਰਨਮੈਂਟ ਜੌਬ ਨਹੀਂ ਲੱਗੀ, ਸਾਲਾ ਚਮਾਰ ਪੈਦਾ ਹੋਣਾ ਸੀ ਇਹਦਾ। ਚਮਾਰੋ ਕੋ ਯਹਾਂ ਬਿਠਾ ਦਿਆ, ਜਨਰਲ ਵਾਲੋ ਕੋ ਨੀਚੇ ਕਰ ਦਿਆ। ਚਮਾਰ ਚਮਾਰ ਹੋਤੇ ਉਨਕੀ ਕੋਈ ਔਕਾਤ ਨਹੀਂ ਹੋਤੀ ਹੈ। ਇੱਕ ਪਾਸੇ ਸਰਕਾਰਾਂ ਗਰੀਬਾਂ ਤੇ ਦਲਿਤਾਂ ਨੂੰ ਉੱਚਾ ਚੁੱਕਣ ਲਈ ਜ਼ੋਰ ਲਾ ਰਹੀਆਂ ਨੇ, ਭਾਰਤੀ ਸੰਵਿਧਾਨ ਨੇ ਦਲਿਤਾਂ ਦਾ ਜੀਵਨ ਪੱਧਰ ਸੁਧਾਰਨ ਲਈ ਸਭ ਨੂੰ ਬਰਾਬਰਤਾ ਦਾ ਹੱਕ ਦਿੱਤਾ। ਪਰ 21ਵੀਂ ਸਦੀ ਵਿੱਚ ਵੀ ਕੁਝ ਅਜਿਹੇ ਇਨਸਾਨ ਨੇ ਜਿਹੜੇ ਦਲਿਤਾਂ ਅਤੇ ਗਰੀਬਾਂ ਬਾਰੇ ਇਹ ਕਹਿੰਦੇ ਨੇ ਕਿ ਉਹਨਾਂ ਦੀ ਕੋਈ ਔਕਾਤ ਨਹੀਂ ਹੁੰਦੀ। ਦੋਸਤੋ, ਅਸੀਂ ਅੱਜ ਤੁਹਾਨੂੰ ਇੱਕ ਅਜਿਹੀ ਵੀਡੀਓ ਦਿਖਾਉਣ ਲੱਗੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਇੱਕ ਵਾਰ ਜ਼ਰੂਰ ਸੋਚੋਗੇ ਕਿ ਕੀ ਸੱਚਮੁੱਚ ਹੀ ਅਸੀਂ ਵਿਗਿਆਨਕ ਅਤੇ ਪੜ੍ਹੇ ਲਿਖੇ ਦੇਸ਼ ਦੇ ਵਾਸੀਆਂ। ਤੁਸੀਂ ਵੀ ਸੁਣੋ ਕਿ ਵੀਡੀਓ ਚ ਦਿਖਾਈ ਦੇਣ ਵਾਲੀ ਇਸ ਕੁੜੀ ਦੇ ਦਲਿਤਾਂ ਬਾਰੇ ਕੀ ਵਿਚਾਰ ਨੇ। ਹਾਂ ਆ ਬੋਲੋ, ਮੈਂ ਮਨੀ ਸਰ ਕੋ ਬੋਲੂੰਗਾ। ਐਸੇ ਬੋਲੋ 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 ਮਨੀ ਸਰ ਕੇ ਸਾਹਮਣੇ ਬੋਲਾ ਥਾ ਇੱਕ ਦਿਨ। ਮੈਨੇ ਕਹਾ ਇੱਕ ਦਿਨ ਮੈਂ ਐਸੀ ਬੋਲਾ, ਮੈਨੇ ਕਹਾ ਯਾ ਤੋ ਉਹ ਥੇ ਅਰੇ ਕਮਾ ਉਹ ਧਿਆਨ ਮੋਲ ਸਰ ਤੇ। ਮੈਨੇ ਕਹਾ ਯਾਰ ਗਵਰਨਮੈਂਟ ਜੌਬ ਨਹੀਂ ਲੱਗ ਰਹੀ, ਸਾਲਾ ਚਮਾਰ ਪੈਦਾ ਹੋਣਾ ਚਾਹੀਏ ਤਾਂ ਕਿ ਗਵਰਨਮੈਂਟ ਜੌਬ ਤੋਂ ਮਿਲ ਜਾਂਦੀ ਐਟਲੀਸਟ। ਚਮਾਰੋ ਕੋ ਯਹਾਂ ਬਿਠਾ ਦਿਆ, ਜਨਰਲ ਵਾਲੋ ਕੋ ਨੀਚੇ ਕਰ ਦਿਆ। ਚਮਾਰ ਚਮਾਰ ਹੋਤੇ ਉਨਕੀ ਕੋਈ ਔਕਾਤ ਨਹੀਂ ਹੋਤੀ ਹੈ। ਔਰ ਬੇਟਾ ਕੈਂਟੀਨ ਮੇਰੇ ਕੋ ਕੋਈ ਫਰਕ ਨਹੀਂ ਪੜਤਾ, ਕੰਮ ਬਹੁਤ ਕਰੇ ਮੈਂ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।